ਪਿਆਰੇ ਬੱਚਿਓ ਅੱਜ ਸਿੱਖੀਏ ਅੱਜ ਦੀ ਸਲਾਈ ਤਾਂ ਬੱਚਿਓ ਅੱਜ ਦਾ ਦਿਨ ਹੈ ਵੀਰਵਾਰ ਅੱਜ ਦੀ ਮਿਤੀ ਹੈ 11 ਫਰਵਰੀ 2021 ਅੱਜ ਦਾ ਵਿਚਾਰ ਤਾਂ ਬੱਚਿਓ ਅੱਜ ਦਾ ਵਿਚਾਰ ਹੈ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰੱਖੋ हां जी बच्चों बहुत बढ़िया है आज का विचार कि सानू हमेशा अपने आप ते विश्वास रखना चाहिदा है देखो बच्चों ਤੁਹਾਡਾ ਵਿਸ਼ਵਾਸ ਹੀ ਤੁਹਾਨੂੰ ਸਫਲਤਾ ਵੱਲ ਲਿਜਾ ਸਕਦਾ ਹੈ बच्चों जिंदगी संघर्ष दा ਨਾ ਹੈ ਸੰਘਰਸ਼ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹਰੇਕ ਵਿਅਕਤੀ ਨੂੰ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਗੱਲ ਲਈ ਸੰਘਰਸ਼ ਕਰਨਾ ਪੈਂਦਾ ਹੈ परंतु ਵਿਅਕਤੀ ਦਾ ਜੇਕਰ ਵਿਸ਼ਵਾਸ ਪੱਕਾ ਹੈ ਤਾਂ ਉਹ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰ ਸਕਦਾ ਹੈ ਵਿਸ਼ਵਾਸ ਜ਼ਿੰਦਗੀ ਦਾ ਥੰਮ ਹੈ ਜੋ ਮੁਸ਼ਕਲ ਹਾਲਤ ਵਿੱਚ ਵੀ ਟੁੱਟਦੇ ਹੌਸਲਿਆਂ ਨੂੰ ਠਲਦਾ ਹੈ ਬੱਚਿਓ ਉਹ ਵਿਖ ਦੀ ਸਫਲਤਾ ਵੀ ਵਿਸ਼ਵਾਸ ਤੇ ਹੀ ਟਿੱਕੀ ਹੋਈ ਹੈ ਵਿਸ਼ਵਾਸ ਦੇ ਸਹਾਰੇ ਹੀ ਜ਼ਿੰਦਗੀ ਦਾ ਪੂਰਾ ਆਨੰਦ ਮਾਣਿਆ ਜਾ ਸਕਦਾ ਹੈ ਇਸ ਕਰਕੇ ਬੱਚਿਓ ਆਪਣੇ ਆਪ ਤੇ ਵਿਸ਼ਵਾਸ ਰੱਖੋ ਜੇ ਤੁਹਾਡਾ ਵਿਸ਼ਵਾਸ ਪੱਕਾ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਨਹੀਂ ਰੋਕ ਸਕਦੀ ਚਲੋ ਅੱਗੇ ਵਧੀਏ ਗਿਆਨ ਵਿਗਿਆਨ ਦੇ ਪ੍ਰਸ਼ਨਾਂ ਵੱਲ ਤਾਂ ਬੱਚਿਓ ਗਿਆਨ ਵਿਗਿਆਨ ਦਾ ਪਹਿਲਾ ਪ੍ਰਸ਼ਨ ਹੈ ਅਸ਼ੋਕ ਚੱਕਰ ਵਿੱਚ ਕਿੰਨੀਆਂ ਤਿੱਲੀਆਂ ਹੁੰਦੀਆਂ ਹਨ ਹਾਂਜੀ ਤਾਂ ਬੱਚਿਓ ਅਸ਼ੋਕ ਚੱਕਰ ਤੁਸੀਂ ਦੇਖਿਆ ਹੀ ਹੈ ਆਪਣੇ ਤਿਰੰਗੇ ਝੰਡੇ ਦੇ ਵਿੱਚ ਹੁੰਦਾ ਹੈ ਤਾਂ ਉਸ ਵਿੱਚ 24 ਤਿੱਲੀਆਂ ਹੁੰਦੀਆਂ ਹਨ ਬੱਚਿਓ अशोक ਚੱਕਰ ਝੰਡੇ ਦੀ ਸਫੇਦ ਰੰਗ ਦੀ ਪੱਟੀ ਦੇ ਉੱਪਰ ਬਣਿਆ ਹੁੰਦਾ ਹੈ ਇਸ ਦਾ ਰੰਗ ਨੀਲਾ ਹੁੰਦਾ ਹੈ ਇਸ ਉੱਪਰ 24 ਤਿੱਲੀਆਂ ਹੁੰਦੀਆਂ ਹਨ ਇਹ ਸਾਨੂੰ 24 ਘੰਟੇ ਕੰਮ ਕਰਨ ਦਾ ਸੰਦੇਸ਼ ਦਿੰਦੀਆਂ ਹਨ ਅਤੇ ਹਿੰਮਤ ਅਤੇ ਹੌਸਲਾ ਰੱਖਣ ਦਾ ਵੀ ਸਾਨੂੰ ਜਜਬਾ ਪ੍ਰਦਾਨ ਕਰਦੀਆਂ ਹਨ ਚਲੋ ਅੱਗੇ ਵਧਿਏ ਅੱਜ ਦਾ ਦੂਸਰਾ ਪ੍ਰਸ਼ਨ ਹੁਸੈਨੀਵਾਲਾ ਬਾਰਡਰ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ ਤਾਂ ਬੱਚਿਓ ਹੁਸੈਨੀਵਾਲਾ ਬਾਰਡਰ ਜੋ ਹੈ ਉਹ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਹੈ ਹੁਸੈਨੀਵਾਲਾ ਪੰਜਾਬ ਸੂਬੇ ਦੇ ਫਿਰੋਜ਼ਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਇਹ ਸਤਲੁਜ ਨਦੀ ਦੇ ਕੰਢੇ ਤੇ ਸਥਿਤ ਹੈ ਬੱਚਿਓ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਜੀ ਤੇ ਸੁਖਦੇਵ ਜੀ ਦੀ ਸਮਾਧੀ ਇੱਥੇ ਹੀ ਬਣੀ ਹੋਈ ਹੈ 23 ਮਾਰਚ 1931 ਈਸਵੀ ਨੂੰ ਇਹਨਾਂ ਦੀ ਸ਼ਹੀਦੀ ਦਿਵਸ ਵਾਲੇ ਦਿਨ ਇੱਥੇ ਮੇਲਾ ਲੱਗਦਾ ਹੈ ਚਲੋ ਅੱਗੇ ਵਧੀਏ ਅੱਜ ਦਾ ਤੀਸਰਾ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਅਗਲਾ ਪ੍ਰਸ਼ਨ ਹੈ ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ ਸੀ ਬੱਚਿਓ ਸ਼ਹੀਦ ਸੁਖਦੇਵ ਜੀ ਦਾ ਜਨਮ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ ਇਹਨਾਂ ਬਾਰੇ ਥੋੜੀ ਜਾਣਕਾਰੀ ਲਓ ਬੱਚਿਓ ਇਹਨਾਂ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਨੋਕਰੇ ਮੁਹੱਲੇ ਵਿੱਚ ਹੋਇਆ ਇਹਨਾਂ ਦਾ ਜਨਮ 15 ਮਈ 1907 ਈਸਵੀ ਦੇ ਵਿੱਚ ਮਾਤਾ ਰਲੀ ਦੇਵੀ ਦੀ ਕੁੱਖੋਂ ਅਤੇ ਪਿਤਾ ਲਾਲਾ ਰਾਮ <th>ਪੜ ਜੀ ਦੇ ਘਰ ਵਿੱਚ ਹੋਇਆ ਬੱਚੋ ਇਨ੍ਹਾਂ ਨੇ ਕ੍ਰਾਂਤੀਕਾਰੀ ਸੰਘਰਸ਼ਾਂ ਬਾਰੇ ਡੂੰਘਾਈ ਨਾਲ ਅਧਿਐਨ ਕੀਤਾ ਕਿਉਂਕਿ ਬਚਪਨ ਵਿੱਚ ਹੀ ਇਨ੍ਹਾਂ ਵਿੱਚ ਕ੍ਰਾਂਤੀਕਾਰੀ ਵਾਲੇ ਗੁਣ ਸਨ 11 ਫਰਵਰੀ 1922 ਈਸਵੀ ਵਿੱਚ ਜਦੋਂ ਨਾਮ ਮਿਲਵਰਤਨ ਅੰਦੋਲਨ ਗਾਂਧੀ ਜੀ ਨੇ ਵਾਪਸ ਲੈ ਲਿਆ ਸੀ ਤਾਂ ਉਸ ਸਮੇਂ ਇਸ ਗੱਲ ਦਾ ਇਨ੍ਹਾਂ ਦੇ ਉੱਪਰ ਬਹੁਤ ਗਹਿਰਾ ਪ੍ਰਭਾਵ ਪਿਆ ਸੀ ਤੇ ਇਹ ਉਹੀ ਸਮਾਂ ਸੀ ਜਦੋਂ ਇਨ੍ਹਾਂ ਦੀ ਭਗਤ ਸਿੰਘ ਜੀ ਨਾਲ ਮੁਲਾਕਾਤ ਹੋਈ ਸੀ ਅਤੇ ਇਨ੍ਹਾਂ ਵਿੱਚ ਪੱਕੀ ਮਿੱਤਰਤਾ ਬਣੀ ਸੀ ਅਤੇ ਇਹ ਹੀ ਮਿੱਤਰਤਾ ਆਖਰੀ ਸਾਹਾਂ ਤੱਕ ਨਿਭਦੀ ਰਹੀ ਤੇ ਅਖੀਰ 23 ਮਾਰਚ 1931 ਈਸਵੀ ਨੂੰ ਇਸ ਮਹਾਨ ਪਰਵਾਨੇ ਸੁਖਦੇਵ ਜੀ ਨੂੰ 23 ਸਾਲ 9 ਮਹੀਨੇ ਅਤੇ 23 ਦਿਨ ਦੀ ਉਮਰ ਵਿੱਚ ਲਾਹੌਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਸ਼ਾਮ ਨੂੰ 7:35 ਵਜੇ ਫਾਂਸੀ ਦਿੱਤੀ ਗਈ। ਇਹਨਾਂ ਦੀ ਇਸ ਦੇਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਚਲੋ ਅੱਗੇ ਵਧੀਏ ਅਗਲੇ ਪ੍ਰਸ਼ਨ ਤੇ ਤਾਂ ਬੱਚਿਓ ਅੱਜ ਦਾ ਚੌਥਾ ਪ੍ਰਸ਼ਨ ਹੈ ਸੰਖਿਆ 546 ਵਿੱਚ 4 ਦਾ ਸਥਾਨਕ ਮੁੱਲ ਦੱਸੋ ਹਾਂਜੀ ਤਾਂ ਬੱਚਿਓ ਸੰਖਿਆ 546 ਦੇ ਵਿੱਚ 4 ਦਾ ਸਥਾਨਕ ਮੁੱਲ 40 ਹੋਵੇਗਾ ਚਲੋ ਅੱਗੇ ਵਧੀਏ ਅੱਜ ਦਾ ਪੰਜਵਾਂ ਪ੍ਰਸ਼ਨ ਬ੍ਰੇਲ ਲਿਪੀ ਦੀ ਖੋਜ ਕਿਸ ਨੇ ਕੀਤੀ ਤਾਂ ਬੱਚਿਓ ਬ੍ਰੇਲ ਲਿਪੀ ਦੀ ਖੋਜ ਲੂਈ ਬ੍ਰੇਲ ਨੇ ਕੀਤੀ ਇਹਨਾਂ ਬਾਰੇ ਥੋੜੀ ਜਾਣਕਾਰੀ ਲੋ ਬੱਚੋ ਲੁਈ ਬਰੇਲ ਜੀ ਦਾ ਜਨਮ 4 ਜਨਵਰੀ 1809 ਈਸਵੀ ਵਿੱਚ ਕੁਰਵੇ ਵਿੱਚ ਹੋਇਆ ਬੱਚੋ ਬਰੇਲ ਲਿਪੀ ਬਾਰੇ ਜਾਣਕਾਰੀ ਲੋ ਤਾਂ ਬਰੇਲ ਲਿਪੀ ਇੱਕ ਅਜੀਹੀ ਲਿਪੀ ਹੈ ਜਿਸ ਦੀ ਵਰਤੋਂ ਨੇਤਰਹੀਨ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ ਇਹ ਲਿਪੀ 6 ਬਿੰਦੂਆਂ ਤੇ ਆਧਾਰਿਤ ਹੈ ਲੁਈ ਬਰੇਲ ਨੇ 1837 ਵਿੱਚ ਸਵਰ ਲਿਪੀ ਨੂੰ ਪ੍ਰਕਾਸ਼ਿਤ ਕੀਤਾ ਬੱਚਿਓ ਬਰੇਲ ਜੋ ਸੀ ਉਸ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ ਅਤੇ ਨਾਲ ਹੀ ਵਾਇਲਨ ਵਜਾਉਣ ਵਿੱਚ ਵੀ ਉਹ ਨਿਪੁੰਨ ਸੀ ਇਸ ਤੋਂ ਬਾਅਦ ਇਸ ਸਵਰ ਲਿਪੀ ਦਾ ਨਾਮ ਇਹਨਾਂ ਨੇ ਬਦਲ ਕੇ ਬਰੇਲ ਲਿਪੀ ਰੱਖ ਦਿੱਤਾ ਚਲੋ ਅੱਗੇ ਵਧੀਏ ਆਓ ਬੁੱਝੀਏ ਤਾਂ ਬੱਚਿਓ ਅੱਜ ਦੀ 부ਜਾਰਤ ਹੈ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਹਾਂਜੀ ਬੱਚਿਓ ਬਹੁਤ ਵਧੀਆ ਹੈ ਅੱਜ ਦੀ 부ਜਾਰਤ ਧਿਆਨ ਨਾਲ ਸਮਝੋ ਦੇਖੋ ਬੱਚਿਓ ਨਿੱਕੀ ਜੀ ਕੁੜੀ ਐ ਤੇ ਪਰੰਦਾ ਲੈ ਕੇ ਤੁਰਦੀ ਹੈ ਉਹ ਭਾਵ ਸੂਈ ਤੇ ਤਾਗਾ ਦੇਖੋ ਕੁੜੀ ਉਹਨਾਂ ਨੇ ਸੂਈ ਨੂੰ ਕਿਹਾ ਹੈ ਤੇ ਪਰੰਦਾ ਉਸ ਤਾਗੇ ਨੂੰ ਕਿਹਾ ਹੈ ਦੇਖੋ ਬੱਚਿਓ ਨਿੱਕੀ ਜੀ ਕੁੜੀ ਹੈ ਉਹ ਪਰੰਦਾ ਲੈ ਕੇ ਤੁਰੀ ਜਾਂਦੀ ਹੈ ਹਾਂਜੀ ਤਾਂ ਕੁੜੀ ਕੀ ਹੈ ਸੂਈ ਦਾ ਰੂਪ ਤੇ ਪਰੰਦਾ ਕੀ ਹੈ ਤਾਗੇ ਦਾ ਰੂਪ ਤਾਂ ਇਸ ਦਾ ਸਹੀ ਉੱਤਰ ਹੈ ਸੂਈ ਤਾਗਾ ਚਲੋ ਅੱਗੇ ਵਧੀਏ ਅੱਜ ਦੇ ਸ਼ਬਦ बचो अज का दूसरा शब्द है, मन्त, मन्त हुंदा है महीना, तीसरा शब्द है वीक वीक हूं हफ्ता अज का चौथा शब्द है आवर आवर हों घंटा अजद शब्द है मिनट्स मिनट्स होंगे है मिनट